ਸਤਿ ਸ਼੍ਰੀ ਅਕਾਲ ਦੋਸਤੋ, ਰਜਿਸਟ੍ਰੇਸ਼ਨ ਆਫ ਐਨ ਅਕਾਊਂਟ ਫਾਰ ਆਨਲਾਈਨ ਟ੍ਰੇਨ ਬੁਕਿੰਗ ਦੇ ਸਪੋਕਨ ਟਿਊਟੋਰੀਅਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਸ ਟਿਊਟੋਰੀਅਲ ਵਿੱਚ ਅਸੀਂ ਸਿੱਖਾਂਗੇ ਕਿ irctc.co.in ਵਿੱਚ ਇੱਕ ਨਵਾਂ ਅਕਾਊਂਟ ਕਿਵੇਂ ਰਜਿਸਟਰ ਕਰੀਏ। ਅਸੀਂ ਹੇਠਾਂ ਦਿੱਤੇ ਦੇ ਬਾਰੇ ਵਿੱਚ ਸਿੱਖਾਂਗੇ: ਯੂਜ਼ਰ ਦੀ ਜਾਣਕਾਰੀ ਦਰਜ ਕਰਨਾ, ਅਕਾਊਂਟ ਐਕਟੀਵੇਟ ਕਰਨਾ ਅਤੇ ਪਾਸਵਰਡ ਬਦਲਣਾ। ਯੂਜ਼ਰ ਦੀ ਜਾਣਕਾਰੀ ਤੇ ਕੁਝ ਟਿਪ। ਨਾਮ ਵਿੱਚ 10 ਤੋਂ ਘੱਟ ਕਰੈਕਟਰ ਹੋਣੇ ਚਾਹੀਦੇ ਹਨ। ਇਸ ਵਿੱਚ ਲੈਟਰਸ, ਨੰਬਰਸ ਅਤੇ ਅੰਡਰਸਕੋਰ ਹੋ ਸਕਦੇ ਹਨ। ਸਿਕਿਉਰਿਟੀ ਕੁਐਸਚਨ ਲਾਭਦਾਇਕ ਹੈ ਜਦੋਂ ਅਸੀਂ ਪਾਸਵਰਡ ਭੁੱਲ ਜਾਂਦੇ ਹਾਂ। ਅਕਾਊਂਟ ਐਕਟੀਵੇਸ਼ਨ ਜਾਣਕਾਰੀ ਈਮੇਲ ਅਤੇ ਮੋਬਾਈਲ ਤੇ ਭੇਜੀ ਜਾਂਦੀ ਹੈ। ਅਸੀਂ ਵੇਖਾਂਗੇ ਕਿ ਇਹ ਬ੍ਰਾਊਜ਼ਰ ਵਿੱਚ ਕਿਵੇਂ ਕਰੀਏ। ਮੈਂ ਇਹ ਵੈਬਸਾਈਟ ਪਹਿਲਾਂ ਹੀ ਖੋਲ ਲਈ ਹੈ, irctc.co.in। ਹੁਣ ਮੈਂ ਫੌਂਟ ਵਧਾ ਲਵਾਂਗਾ। ਪਹਿਲਾ ਕੰਮ ਜੋ ਅਸੀਂ ਟਿਕਟ ਖਰੀਦਣ ਤੋਂ ਪਹਿਲਾਂ ਕਰਾਂਗੇ ਉਹ ਹੈ ਸਾਈਨ ਅਪ। ਹੁਣ ਮੈਂ ਇਸ ਨੂੰ ਦਬਾਉਂਦਾ ਹਾਂ ਸਾਈਨ ਅਪ, ਅਤੇ ਅਸੀਂ ਇਸ ਪੇਜ ਤੇ ਜਾਂਦੇ ਹਾਂ। ਇੱਥੇ ਯੂਜ਼ਰ ਨੇਮ ਦੀ ਲੋੜ ਹੁੰਦੀ ਹੈ। ਹੁਣ ਮੈਂ ਫੌਂਟ ਹੋਰ ਵਧਾ ਲਵਾਂਗਾ, kannan.mou। ਇਹ 10 ਕਰੈਕਟਰ ਤੋਂ ਜ਼ਿਆਦਾ ਸਵੀਕਾਰ ਨਹੀਂ ਕਰਦਾ ਹੈ। ਇਹ ਹਮੇਸ਼ਾ ਦੱਸਦਾ ਹੈ ਵੱਧ ਤੋਂ ਵੱਧ 10 ਕਰੈਕਟਰ। ਹੁਣ ਮੈਂ ਉਪਲਬਧਤਾ ਚੈੱਕ ਕਰਦਾ ਹਾਂ। ਇਹ ਦੱਸਦਾ ਹੈ ਕਿ ਦ ਲੌਗਇਨ ਨੇਮ ਫੀਲਡ ਅਸੈਪਟਸ ਲੈਟਰਸ, ਨੰਬਰਸ ਐਂਡ ਅੰਡਰਸਕੋਰ, ਪਰ ਅਸੀਂ ਇੱਕ ਫੁੱਲ ਸਟੌਪ ਲਗਾਇਆ ਹੈ। ਤਾਂ ਜੋ ਮੈਂ ਕਰਾਂਗਾ ਉਹ ਹੈ, ਮੈਂ ਇੱਥੇ ਜਾਵਾਂਗਾ ਅਤੇ ਇੱਕ ਅੰਡਰਸਕੋਰ MOU ਲਗਾਊਂਗਾ ਅਤੇ ਫਿਰ ਮੈਂ ਚੈੱਕ ਕਰਾਂਗਾ ਕਿ ਇਹ ਨਾਮ ਉਪਲਬਧ ਹੈ। ਮੈਨੂੰ ਇੱਕ ਮੈਸੇਜ ਮਿਲਦਾ ਹੈ ਕਿ ਯੂਜ਼ਰ ਨੇਮ ਇਜ਼ ਅਵੇਲੇਬਲ, ਪਲੀਜ਼ ਗੋ ਅਹੈਡ ਵਿਦ ਦ ਰਜਿਸਟ੍ਰੇਸ਼ਨ ਪ੍ਰੋਸੈਸ। ਮੈਂ ਫੌਂਟ ਨੂੰ ਹੋਰ ਜ਼ਿਆਦਾ ਵਧਾ ਲਵਾਂਗਾ ਜਿਸ ਦੇ ਨਾਲ ਕਿ ਇਹ ਆਸਾਨੀ ਨਾਲ ਦਿਖਾਈ ਦੇਵੇ। ਹੁਣ ਅਸੀਂ ਦੂਜੀ ਜਾਣਕਾਰੀ ਦਰਜ ਕਰਦੇ ਹਾਂ। ਹੁਣ ਅਸੀਂ ਸਿਕਿਉਰਿਟੀ ਕੁਐਸਚਨ ਦਰਜ ਕਰਦੇ ਹਾਂ। ਜੇ ਤੁਸੀਂ ਪਾਸਵਰਡ ਭੁੱਲ ਜਾਂਦੇ ਹੋ ਤਾਂ ਇਹ ਇਸ ਨੂੰ ਦੁਬਾਰਾ ਪ੍ਰਾਪਤ ਕਰਨ ਲਈ ਲਾਭਦਾਇਕ ਹੈ। ਹੁਣ ਅਸੀਂ ਚੁਣਦੇ ਹਾਂ ਵਟ ਇਜ਼ ਯੋਰ ਪੈਟਸ ਨੇਮ। ਹੁਣ ਮੈਂ ਸਨੋਈ ਦਰਜ ਕਰਦਾ ਹਾਂ। ਫਸਟ ਨੇਮ ਵਿੱਚ ਕਨਨ, ਲਾਸਟ ਨੇਮ ਵਿੱਚ ਮੌਦਗਾਲਿਆ, ਜੈਂਡਰ ਵਿੱਚ ਮੇਲ ਰਹਿਣ ਦਿਓ, ਮੈਰੀਟਲ ਸਟੇਟਸ ਵਿੱਚ ਮੈਰਿਡ। ਹੁਣ ਡੇਟ ਆਫ ਬਰਥ ਵਿੱਚ 20 ਦਸੰਬਰ 1960। ਆਕਿਊਪੇਸ਼ਨ ਵਿੱਚ ਗਵਰਨਮੈਂਟ। ਈਮੇਲ ਆਈਡੀ ਵਿੱਚ ਮੈਂ joker@irctc.ac.in ਚੁਣਾਂਗਾ। ਇਹ ਦੱਸਦਾ ਹੈ ਯੂਅਰ ਪਾਸਵਰਡ ਵਿਲ ਬੀ ਸੈਂਡ ਟੂ ਦਿਸ ਈਮੇਲ ਆਈਡੀ। ਹੁਣ ਮੈਂ ਮੋਬਾਈਲ ਨੰਬਰ ਦਰਜ ਕਰਦਾ ਹਾਂ, 8876543210। ਇਹ ਦੱਸਦਾ ਹੈ ਕਿ ਮੋਬਾਈਲ ਵੈਰੀਫਿਕੇਸ਼ਨ ਕੋਡ ਵਿਲ ਬੀ ਸੈਂਡ ਟੂ ਦਿਸ ਮੋਬਾਈਲ ਨੰਬਰ। ਨੈਸ਼ਨੈਲਿਟੀ ਵਿੱਚ ਮੈਂ ਇੰਡੀਆ ਚੁਣਦਾ ਹਾਂ। ਰੈਜ਼ੀਡੈਂਸ਼ੀਅਲ ਐਡਰੈਸ ਮੈਂ 1, ਮੇਨ ਰੋਡ ਲਿਖਾਂਗਾ। ਸਿਟੀ ਵਿੱਚ ਆਗਰਾ ਚੁਣਦਾ ਹਾਂ। ਸਟੇਟ ਵਿੱਚ ਮੈਂ ਉੱਤਰ ਪ੍ਰਦੇਸ਼ ਚੁਣਦਾ ਹਾਂ। ਪਿੰਨ / ਜ਼ਿਪ ਵਿੱਚ 1234567 ਲਿਖਦਾ ਹਾਂ। ਕੰਟਰੀ ਵਿੱਚ ਮੈਂ ਇੰਡੀਆ ਚੁਣਾਂਗਾ। ਤੁਹਾਨੂੰ ਇਹ ਚੰਗੀ ਤਰ੍ਹਾਂ ਦਰਜ ਕਰਨਾ ਹੈ। ਤੁਸੀਂ ਇਸ ਐਡਰੈਸ ਨੂੰ ਆਈ ਟਿਕਟ ਪ੍ਰਾਪਤ ਕਰਨ ਲਈ ਵਰਤੋਂ ਕਰ ਸਕਦੇ ਹੋ। ਹੁਣ ਮੈਂ ਫੋਨ ਨੰਬਰ ਵਿੱਚ 0111 ਲਿਖਦਾ ਹਾਂ। ਮੈਂ ਇਸ ਵਿੱਚ ਲਿਖਿਆ ਹੈ 1234567 8। ਜੇ ਮੈਂ ਇੱਕ ਵੱਖਰਾ ਆਫਿਸ ਐਡਰੈਸ ਦੇਣਾ ਚਾਹੁੰਦਾ ਹਾਂ, ਮੈਂ ਅਜਿਹਾ ਨੋ ਪ੍ਰੋਸੈਸ ਕਰਕੇ ਕਰ ਸਕਦਾ ਹਾਂ। ਇਸ ਸਥਿਤੀ ਵਿੱਚ ਮੈਨੂੰ ਵੇਰਵਾ ਭਰਨਾ ਪਵੇਗਾ। ਮੈਂ ਇਹ ਵੇਰਵਾ ਨਹੀਂ ਭਰਨਾ ਚਾਹੁੰਦਾ ਹਾਂ। ਮੈਂ ਯੈਸ ਦਬਾਊਂਗਾ ਅਤੇ ਆਫਿਸ ਐਡਰੈਸ ਬੰਦ ਕਰਾਂਗਾ। ਹੁਣ ਹੇਠਾਂ ਜਾਂਦੇ ਹਾਂ। ਇਹ ਜਾਣਨਾ ਚਾਹੁੰਦਾ ਹੈ ਕਿ ਕੀ ਮੈਂ ਹੋਰ ਈਮੇਲ ਪਾਉਣਾ ਚਾਹੁੰਦਾ ਹਾਂ। ਅਸੀਂ ਇਸ ਨੂੰ ਥੋੜਾ ਛੋਟਾ ਕਰਦੇ ਹਾਂ, ਇਸ ਲਈ ਮੈਂ ਕਹਾਂਗਾ ਨੋ,
ਮੈਂ ਕੋਈ ਵੀ ਈਮੇਲ ਪ੍ਰਾਪਤ ਨਹੀਂ ਕਰਨਾ ਚਾਹੁੰਦਾ ਹਾਂ। ਹੁਣ ਮੈਨੂੰ ਇੱਕ ਵੈਰੀਫਿਕੇਸ਼ਨ ਕੋਡ ਦਰਜ ਕਰਨਾ ਹੈ T37861W। ਹੁਣ ਮੈਂ ਸਬਮਿਟ ਕਰਦਾ ਹਾਂ। ਮੈਂ ਇੱਕ ਮੈਗਨੀਫਾਈਂਗ ਗਲਾਸ ਲੈਂਦਾ ਹਾਂ, ਇੱਥੇ ਲੋੜ ਹੈ। ਇਹ ਦੱਸਦਾ ਹੈ ਕਿ ਈਮੇਲ ਆਈਡੀ ਜੋਕਰ ਅਤੇ ਮੋਬਾਈਲ ਨੰਬਰ 8876543210 ਤਸਦੀਕ ਕੀਤਾ ਜਾਵੇਗਾ। ਜਾਰੀ ਰੱਖਣ ਲਈ ਓਕੇ ਜਾਂ ਅਪਡੇਟ ਕਰਨ ਲਈ ਕੈਂਸਲ ਦਬਾਓ। ਹੁਣ ਓਕੇ ਤੇ ਕਲਿੱਕ ਕਰੋ। ਫਿਰ ਇਹ ਦੱਸਦਾ ਹੈ ਪਲੀਜ਼ ਇੰਡੀਕੇਟ ਯੋਰ ਅਸੈਪਟੈਂਸ ਆਫ ਦ ਟਰਮਸ ਐਂਡ ਕੰਡੀਸ਼ਨਸ ਬਟਨ ਐਟ ਦ ਬੋਟਮ ਆਫ ਦ ਪੇਜ। ਇਸ ਲਈ ਹੇਠਾਂ ਜਾਂਦੇ ਹਾਂ। ਹੁਣ ਮੈਂ ਇਸ ਨੂੰ ਥੋੜਾ ਛੋਟਾ ਕਰਦਾ ਹਾਂ ਜਿਸ ਦੇ ਨਾਲ ਤੁਸੀਂ ਵੇਖੋਗੇ ਕਿ ਇਹ ਕਿਵੇਂ ਦਿਸਦਾ ਹੈ। ਜਿਸ ਲਈ ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਹਰੇਕ ਤੇ ਕਲਿੱਕ ਕਰਕੇ ਵੇਖ ਸਕਦੇ ਹੋ। ਇਸ ਨੂੰ ਸਵੀਕਾਰ ਕਰਦੇ ਹਾਂ। ਮੈਂ ਅਸੈਪਟ ਤੇ ਕਲਿੱਕ ਕਰਦਾ ਹਾਂ। ਮੈਂ ਰਿਕਾਰਡਿੰਗ ਫਿਰ ਤੋਂ ਸ਼ੁਰੂ ਕੀਤੀ ਹੈ। ਮੈਂ ਇਸ ਨੂੰ ਰੋਕਿਆ ਸੀ ਕਿਉਂਕਿ ਕਦੇ ਕਦੇ IRCTC ਹੌਲੀ ਹੌਲੀ ਚੱਲਦੀ ਹੈ। ਇਸ ਵਿੱਚ ਥੋੜਾ ਸਮਾਂ ਲੱਗਿਆ। ਫਿਰ ਮੈਨੂੰ ਇੱਕ ਮੈਸੇਜ ਮਿਲਦਾ ਹੈ, ਥੈਂਕ ਯੂ, ਯੂ ਹੈਵ ਬੀਨ ਸਕਸੈਸਫੁਲੀ ਰਜਿਸਟਰਡ। ਮੈਂ ਇਸ ਨੂੰ ਥੋੜਾ ਵੱਡਾ ਕਰਦਾ ਹਾਂ। ਇਹ ਦੱਸਦਾ ਹੈ ਯੋਰ ਯੂਜ਼ਰ ਆਈਡੀ ਪਾਸਵਰਡ ਐਂਡ ਐਕਟੀਵੇਸ਼ਨ ਲਿੰਕ ਹੈਜ਼ ਬੀਨ ਸੈਂਡ ਟੂ ਯੋਰ ਰਜਿਸਟਰਡ ਈਮੇਲ ਆਈਡੀ ਐਂਡ ਮੋਬਾਈਲ ਵੈਰੀਫਿਕੇਸ਼ਨ ਕੋਡ ਹੈਜ਼ ਬੀਨ ਸੈਂਡ ਟੂ ਰਜਿਸਟਰਡ ਮੋਬਾਈਲ ਨੰਬਰ। ਪਲੀਜ਼ ਯੂਜ਼ ਦ ਐਕਟੀਵੇਸ਼ਨ ਲਿੰਕ ਐਂਡ ਮੋਬਾਈਲ ਵੈਰੀਫਿਕੇਸ਼ਨ ਕੋਡ ਟੂ ਐਕਟੀਵੇਟ ਯੋਰ ਅਕਾਊਂਟ। ਮੈਂ ਸਲਾਈਡ ਤੇ ਵਾਪਿਸ ਆਉਂਦਾ ਹਾਂ। ਹੁਣ ਅਕਾਊਂਟ ਐਕਟੀਵੇਟ ਕਰਨਾ ਸਿੱਖਦੇ ਹਾਂ। IRCTC ਤੋਂ ਇੱਕ ਈਮੇਲ ਮਿਲੇਗਾ। ਈਮੇਲ ਵਿੱਚ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਜਾਂ ਲਿੰਕ ਨੂੰ ਬ੍ਰਾਊਜ਼ਰ ਤੇ ਕਾਪੀ ਪੇਸਟ ਕਰੋ। ਇਹ ਇੱਕ ਵੈਬ ਪੇਜ ਖੋਲੇਗਾ। ਮੋਬਾਈਲ ਤੇ ਭੇਜੇ ਗਏ ਕੋਡ ਨੂੰ ਦਰਜ ਕਰੋ। ਇਹ ਅਕਾਊਂਟ ਐਕਟੀਵੇਟ ਕਰਦਾ ਹੈ। ਹੁਣ ਅਸੀਂ ਇਹ ਵੈਬ ਬ੍ਰਾਊਜ਼ਰ ਵਿੱਚ ਕਰਦੇ ਹਾਂ। ਇਹ ਜਿਵੇਂ ਕਹੇ ਉਸ ਤਰ੍ਹਾਂ ਹੀ ਕਰਦਾ ਹਾਂ। ਪਹਿਲਾਂ ਮੈਂ ਆਪਣੇ ਈਮੇਲ ਐਡਰੈਸ ਤੇ ਜਾਵਾਂਗਾ। ਮੈਨੂੰ ਹੇਠ ਦਿੱਤਾ ਮੇਲ ਪ੍ਰਾਪਤ ਹੋਇਆ ਹੈ। ਇੱਥੇ ਮੇਰੀ ਯੂਜ਼ਰ ਆਈਡੀ ਦਿੱਤੀ ਗਈ ਹੈ। kannan_mou ਪਾਸਵਰਡ ਇੱਥੇ ਦਿੱਤਾ ਹੈ ਅਤੇ ਫਿਰ ਮੈਨੂੰ ਅਕਾਊਂਟ ਐਕਟੀਵੇਟ ਕਰਨ ਲਈ ਇੱਥੇ ਕਲਿੱਕ ਕਰਨਾ ਹੈ। ਮੈਂ ਇੱਥੇ ਕਲਿੱਕ ਕਰਦਾ ਹਾਂ। ਇਹ ਮੈਨੂੰ ਵੈਬਸਾਈਟ ਤੇ ਵਾਪਸ ਲਿਆਉਂਦਾ ਹੈ। ਮੈਨੂੰ ਇਹ ਮੈਸੇਜ ਮਿਲਦਾ ਹੈ, ਇਸ ਲਈ ਮੈਂ ਉਹ ਕੋਡ ਦਰਜ ਕਰਦਾ ਹਾਂ ਜੋ ਮੈਨੂੰ ਮੇਰੇ ਮੋਬਾਈਲ ਨੰਬਰ ਤੇ ਮਿਲਦਾ ਹੈ। ਛੇ ਕਰੈਕਟਰ ਸਟ੍ਰਿੰਗ। ਮੈਂ ਇਸ ਨੂੰ ਸਬਮਿਟ ਕਰਾਂਗਾ। ਇਹ ਕਹਿੰਦਾ ਹੈ ਸਿਕਿਉਰਿਟੀ ਕਾਰਨਾਂ ਦੀ ਵਜ੍ਹਾ ਨਾਲ ਲੌਗਇਨ ਦੇ ਬਾਅਦ ਮੈਨੂੰ ਪਾਸਵਰਡ ਬਦਲਣਾ ਚਾਹੀਦਾ ਹੈ। ਹੁਣ ਮੈਂ ਆਪਣਾ ਟਿਕਟ ਬੁੱਕ ਕਰਨ ਲਈ ਤਿਆਰ ਹਾਂ। ਪਹਿਲੀ ਚੀਜ਼ ਜੋ ਮੈਂ ਕਰਾਂਗਾ ਉਹ ਹੈ ਸਾਈਨ ਆਊਟ। ਮੈਂ ਥੋੜਾ ਹੌਲੀ ਹੌਲੀ ਟਾਈਪ ਕਰਦਾ ਹਾਂ। ਇਹ ਦੱਸਦਾ ਹੈ ਸੈਸ਼ਨ ਖਤਮ ਹੋ ਗਿਆ ਹੈ। ਇਹ ਮੈਸੇਜ ਆਉਂਦਾ ਰਹਿੰਦਾ ਹੈ, ਖਾਸ ਤੌਰ ਤੇ ਜਦੋਂ ਤੁਸੀਂ ਜਾਣਕਾਰੀ ਹੌਲੀ ਭਰਦੇ ਹੋ। ਕੋਈ ਫਰਕ ਨਹੀਂ ਪੈਂਦਾ, ਤੁਸੀਂ ਦੁਬਾਰਾ ਲੌਗਇਨ ਕਰੋ ਅਤੇ ਕੋਸ਼ਿਸ਼ ਕਰੋ। ਮੈਂ ਆਪਣਾ ਅਕਾਊਂਟ ਫਿਰ ਤੋਂ ਲੌਗਇਨ ਕਰਦਾ ਹਾਂ। ਹੁਣ ਸਿੱਖਦੇ ਹਾਂ ਕਿ ਪਾਸਵਰਡ ਕਿਵੇਂ ਬਦਲਾਂਗੇ। ਹੁਣ www.irctc.co.in ਤੇ ਜਾਂਦੇ ਹਾਂ। ਐਕਟੀਵੇਟ ਕੀਤੇ ਹੋਏ ਅਕਾਊਂਟ ਵਿੱਚ ਲੌਗਇਨ ਕਰੋ। ਇਸ ਦੇ ਨਾਲ ਈਮੇਲ ਤੋਂ ਭੇਜੇ ਗਏ ਪਾਸਵਰਡ ਦੀ ਵਰਤੋਂ ਕਰੋ। ਯੂਜ਼ਰ ਪ੍ਰੋਫਾਈਲ ਅਤੇ ਚੇਂਜ ਪਾਸਵਰਡ ਲਿੰਕ ਤੇ ਜਾਓ। ਪੁਰਾਣਾ ਪਾਸਵਰਡ ਦਰਜ ਕਰੋ। ਨਵਾਂ ਪਾਸਵਰਡ ਦੋ ਵਾਰ ਟਾਈਪ ਕਰੋ। ਹੁਣ ਅਸੀਂ ਇਹ ਵੈਬ ਬ੍ਰਾਊਜ਼ਰ ਵਿੱਚ ਕਰਦੇ ਹਾਂ ਅਤੇ ਯੂਜ਼ਰ ਨੇਮ ਮੈਂ ਟਾਈਪ ਕਰਾਂਗਾ kannan_mou। ਪਾਸਵਰਡ ਜੋ ਮੇਰੇ ਈਮੇਲ ਐਡਰੈਸ ਤੇ ਭੇਜਿਆ ਗਿਆ ਸੀ। ਮੈਂ ਇਹ ਪਹਿਲੀ ਵਾਰ ਕਰ ਰਿਹਾ ਹਾਂ। KGM838 ਇੱਥੇ ਲੌਗਇਨ ਕਰੋ। ਮੇਲ ਤੇ ਭੇਜੇ ਗਏ ਪਾਸਵਰਡ ਨੂੰ ਬਦਲਿਆ ਜਾਣਾ ਜ਼ਰੂਰੀ ਹੈ। ਮੈਂ ਇਹ ਯੂਜ਼ਰ ਪ੍ਰੋਫਾਈਲ ਤੇ ਜਾ ਕੇ ਕਰਾਂਗਾ।
change password, purana password, ਮੈਂ ਸਬਮਿਟ ਕਰ ਦਿੱਤਾ। ਮੈਨੂੰ ਹੁਣੇ ਇੱਕ ਮੈਸੇਜ ਮਿਲਦਾ ਹੈ, ਪਾਸਵਰਡ ਬਦਲ ਗਿਆ ਹੈ। ਠੀਕ ਹੈ, ਮੈਂ ਵਾਪਸ ਸਲਾਈਡ 'ਤੇ ਜਾਂਦਾ ਹਾਂ। ਤੁਹਾਡੇ ਅਕਾਊਂਟ ਨੂੰ ਪ੍ਰਯੋਗ ਕਰਨ ਲਈ ਟਿਪ, ਆਪਣਾ ਪਾਸਵਰਡ ਕਿਸੇ ਨੂੰ ਨਾ ਦੱਸੋ। ਜਦੋਂ ਤੁਸੀਂ ਇੱਕ ਟਿਕਟ ਖਰੀਦਦੇ ਹੋ ਤਾਂ ਈਮੇਲ 'ਤੇ ਉਸਦਾ ਵੇਰਵਾ ਪ੍ਰਾਪਤ ਹੋਵੇਗਾ। ਆਪਣੇ ਈਮੇਲ ਅਕਾਊਂਟ ਦਾ ਪਾਸਵਰਡ ਵੀ ਕਿਸੇ ਨੂੰ ਨਾ ਦੱਸੋ। ਆਪਣਾ ਪਾਸਵਰਡ ਅਕਸਰ ਤਬਦੀਲ ਕਰਦੇ ਰਹੋ। ਅਗਲੇ ਟਿਊਟੋਰੀਅਲ ਵਿੱਚ ਅਸੀਂ ਇਸ ਗੱਲ ਤੇ ਵਿਚਾਰ ਕਰਾਂਗੇ ਕਿ ਟਿਕਟ ਕਿਵੇਂ ਖਰੀਦਦੇ ਹਨ। ਹੁਣ ਸਾਡੇ ਕੋਲ ਸਪੋਕਨ ਟਿਊਟੋਰੀਅਲ ਪ੍ਰੋਜੈਕਟ ਤੇ ਕੁਝ ਜਾਣਕਾਰੀ ਹੈ। spoken-tutorial.org ਵਟ ਇਜ਼ ਅ ਸਪੋਕਨ ਟਿਊਟੋਰੀਅਲ ਤੇ ਉਪਲਬਧ ਵੀਡੀਓ ਨੂੰ ਵੇਖੋ। ਇਹ ਸਪੋਕਨ ਟਿਊਟੋਰੀਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ। ਚੰਗੀ ਬੈਂਡਵਿਡਥ ਨਾ ਮਿਲਣ ਤੇ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਵੀ ਵੇਖ ਸਕਦੇ ਹੋ। ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟੀਮ ਸਪੋਕਨ ਟਿਊਟੋਰੀਅਲ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ। ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ। ਜ਼ਿਆਦਾ ਜਾਣਕਾਰੀ ਦੇ ਲਈ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ। ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ। ਇਹ ਭਾਰਤ ਸਰਕਾਰ ਦੇ MHRD ਦੇ ICT ਵੱਲੋਂ ਰਾਸ਼ਟਰੀ ਸਾਖਰਤਾ ਮਿਸ਼ਨ ਦੁਆਰਾ ਪ੍ਰਮਾਣਿਤ ਹੈ। ਇਸ ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ਤੇ ਉਪਲਬਧ ਹੈ। spoken-tutorial.org/nmeict-intro। ਅਸੀਂ ਇਸ ਟਿਊਟੋਰੀਅਲ ਦੇ ਅਖੀਰ ਵਿੱਚ ਆ ਗਏ ਹਾਂ। IIT ਬੰਬੇ ਤੋਂ ਮੈਂ ਨਵਦੀਪ ਸਿੰਘ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।